ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਆ ਗਈ ਆਪਣੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8470-1970-1917। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਦਿਖਾਵਾਂਗੇ। ਪਹਿਲੇ ਨੰਬਰ 'ਤੇ ਬੈਠ ਲਗਭਗ ਤਿਆਰੀ ਜੀ, ਅਤੇ ਇੱਕ ਜਰਸੀ ਦੀ ਬੱਚੀ ਅਤੇ ਇੱਕ HF ਦੀ ਬੱਚੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰੇ, ਨਾਮ ਐਡਰੈਸ ਦੱਸਿਓ ਆਪਣਾ। ਨਾਮ ਮੇਰਾ ਸੁਖਜੀਤ ਸਿੰਘ ਆ, ਪਿੰਡ ਠੁੱਲੀਵਾਲ, ਜ਼ਿਲ੍ਹਾ ਬਰਨਾਲਾ ਜੀ। ਤੇ ਨਾਲ ਪਿੰਡ ਕਿਹੜੇ ਪੈ ਗਏ ਆਪਣੇ? ਨਾਲ ਪਿੰਡ ਇੱਧਰ ਰਹਿ ਗਿਆ ਹਮੀਦੀ ਮਨਾਲ ਆ ਗਿਆ ਜੀ। ਠੀਕ ਹੈ। ਤੇ ਮੋਬਾਈਲ ਨੰਬਰ ਵੀਰ ਆਪਣਾ? ਮੋਬਾਈਲ ਨੰਬਰ 8582-60-09। 8582-60-09। 60-09 ਪਹਿਲਾ ਨੰਬਰ ਆਪਾਂ ਜਿਹੜੀ ਵੱਛੀ ਦੇਖੀ ਜਾਂਦੇ, ਕਿਹੜਾ ਸੂਆ ਸੁਣਦੀ ਹੈ? ਇਹ ਪਹਿਲਾ ਸੂਆ ਸੁਣਦੀ ਹੈ ਜੀ, ਮੂੰਹੋਂ ਦੋ ਦੰਦ ਆ ਜੀ। ਮੂੰਹੋਂ ਦੋ ਦੰਦ ਕੰਪਲੀਟ ਆ, ਤੇ ਹੈ ਜਿਹਨੂੰ ਕਹਿ ਦਈਏ ਅਸਤਰ ਦਾ ਬੱਚਾ ਜੀ, ਹੈ ਨਾ? ਸਾਫ਼ ਸੁਥਰੇ ਪੂਰੀ। ਤੇ ਇਹਦਾ ਆਪਾਂ ਨੂੰ ਬੈਕਗ੍ਰਾਊਂਡ ਸਾਰਾ ਪਤਾ? ਹਾਂ, ਬੈਕਗ੍ਰਾਊਂਡ ਪਤਾ ਜੀ। ਕੀ ਇਹਦੀ ਮਾਂ ਦਾ ਰਿਕਾਰਡ? ਮਾਂ ਦਾ ਰਿਕਾਰਡ ਹੈਗਾ ਜੀ 40 ਕਿਲੋ ਦਾ। ਠੀਕ ਹੈ। ਇਹਦੇ ਪਤਾ ਕਿਹੜਾ ਸੀਮਨ ਲੱਗਿਆ ਵਾ? ਇਹਦੇ ਸੀਮਨ ਦਾ ਨਹੀਂ ਪਤਾ ਜੀ, ਉਹ ਕਹਿੰਦੇ ਵੀ ਵਧੀਆ ਹੀ ਲੱਗਿਆ ਹੋਇਆ ਸੀਮਨ ਜਿਹੜਾ ਲੱਗਿਆ। ਠੀਕ ਹੈ, 40 ਕਿਲੋ। ਚਲੋ ਉਹਨਾਂ ਨੇ ਦੱਸਤਾ, ਆਪਾਂ ਅੰਦਾਜ਼ਾ ਲਾ ਕੇ ਕੀ ਕਹਿ ਸਕਦੇ? ਕਿੰਨਾ ਪਹਿਲੇ ਜੋ ਕਰ ਦੋ ਜੀ, 27-28 ਕਿਲੋ ਦਾ ਤਾਂ 25 ਮੰਨ ਕੇ ਲੈ ਸਕਦਾ ਬੰਦਾ। ਠੀਕ ਹੈ। ਚੀਪਾ ਚੁਪਾ ਓਕੇ ਆ? ਓਕੇ ਆ ਜੀ। ਜਮਾ ਕੋਈ ਵੀਰ ਦੂਰ ਬਾਜ ਕੋਈ ਦਿੱਕਤ ਤਾਂ ਨਹੀਂ ਹੋ ਕਿਸੇ ਗੱਲ? ਕੋਈ ਦਿੱਕਤ ਨਹੀਂ ਜੀ। ਤੇ ਰੇਂਜ ਇਹਦੀ ਕਿੰਨੀ ਖੂਬ ਮੁੱਲ? ਰੇਂਜ ਦਾ ਮੁੱਲ ਤਾਂ 1-25 ਕਰ ਦਿੰਦੇ, 1-10 ਦੀ ਦੇ ਦਾਂਗੇ ਆਪਾਂ। ਲੱਖ ਤੋਂ ਅੰਦਰ ਨਹੀਂ ਹੁੰਦੀ ਬਾਹਰ? ਹੋ ਨਹੀਂ, ਬਾਹਰ ਹੋ ਜੀ ਧੋਰ ਦੀ ਪ੍ਰਾਈਮ। ਸੋ ਵੀਰੋ, ਲੱਖ ਤੋਂ ਬਾਹਰ ਹੋਣੀ ਆ, ਡਿਮਾਂਡ ਵੀਰ ਕਰਦਾ ਪਿਆ 1-10, ਗੁੰਜਾਇਸ਼ ਮੌਕੇ ਤੇ ਹੋ ਜੂਗੀ। ਪਰ ਬੱਚੀ ਬਹੁਤ ਚੰਗੀ ਹੈ, ਦੁੱਧ 25 ਤੋਂ ਪਾਰ ਪਾਊਗੀ, ਪਾ ਦੇ 27-28, ਪਰ 25 ਮੰਨ ਕੇ ਬੇਸ਼ੱਕ ਲੈ ਲਿਓ। ਬੈਡ ਬਿਊਟੀ ਦੇ ਵਿੱਚ ਆ, ਅਤੇ ਥਣ ਲੇਵਾ ਸੋਹਣਾ ਸਾਫ਼ ਸੁਥਰਾ, ਚਾਰੇ ਥਾਂ ਨਿਖੜਵੇਂ, ਅਤੇ ਜਿੰਦ ਜਾਣ ਦੇ ਵਿੱਚ ਕੁਆਲਿਟੀ ਵਗੈਰਾ ਬੱਚੀ ਦੇ ਬਹੁਤ ਆ। ਨਵਾਂ ਹਾਣਾ, ਪਹਿਲਾ ਸੂਆ ਬਿਲਕੁਲ ਸੁਣੀ ਆ, ਅਤੇ ਕੰਪੈਕਟ ਆਰਡਰ ਰੱਖਣਾ ਨੇ। ਸੋ ਦੇਖੋ, ਥਣ ਦੇਖੋ, ਚਾਹੇ ਆਪਾਂ ਮਸ਼ੀਨੀ ਚਵਾਈ ਕਰ ਲਈ ਅਤੇ ਚਾਹੇ ਹੱਥੀ ਵਾਲਾ। ਸੋ ਥਣਾਂ ਦੀ ਪੂਰੀ ਸਾਫ਼ ਸੁਥਰੀ ਆ, ਚਾਰੇ ਥਾਂ ਨਿਖੜਵੇਂ ਸਾਫ਼ ਸੁਥਰੇ, ਲੱਖ ਤੋਂ ਬਾਹਰ ਇਹ ਬੈਡ ਬਣਨੀ ਆ, ਅਤੇ ਚੰਗੇ ਰਿਕਾਰਡ ਵਾਲੀ ਦੀ ਬੱਚੀ ਆ। ਸੋ ਬਾਕੀ ਥਣਾਂ 'ਚ ਸਪੇਸ ਦੇਖੋ, ਲੇਵੇ ਲੈ ਪੂਰੀ ਖਬਰਦਾਰ। ਇਹ ਨਹੀਂ ਗੱਲ ਕੋਈ ਵੀਰ ਆ ਗਿਆ ਅਤੇ ਮੰਨ ਕੇ ਚੱਲ ਵੀ ਉਹਦੀ ਬੇਫਿੱਟ ਹੋ ਜੂਗੀ, ਇਹ ਗੱਲ ਜੱਟ ਦਾ ਦਾਵਾ ਆਪਣਾ। ਇਹ ਚੀਜ਼ ਤੁਹਾਨੂੰ ਬਹੁਤ ਸੋਹਣਾ ਸਾਫ਼ ਸੁਥਰਾ ਨਗੀਨਾ ਦਿਖਾਇਆ, ਕੱਦ ਕਾਠ ਵੀ ਆ, ਜਿੰਦ ਜਾਣ ਵੀ ਆ, ਅਤੇ ਪਲੱਸ ਇਹਦੇ ਵਿੱਚ ਬਿਊਟੀ ਵੀ ਆ। ਸੋ ਦੇਖੋ, ਦਿਨ ਲਗਭਗ ਵੀਰ ਮੰਨੀਏ 5 ਕੁ ਕੱਢ ਜੂਗੀ? ਹਾਂ, 4-5 ਦਿਨ ਕੱਢ ਜੂਗੀ। ਦੂਜੇ ਨੰਬਰ ਆਪਾਂ ਜਰਸੀ ਬੱਚੀ ਦੇਖੀ ਜਾਂਦੇ ਹਾਂ, ਇਹ ਫੱਸੀ ਹੈਗੀ ਜੀ, ਖੀਰੀ ਮੋਹੋ ਤਾਂ। ਠੀਕ ਹੈ। ਅਤੇ 14 ਕੁ ਮਹੀਨੇ ਦੀ ਇਹ ਦੱਸਿਆਗਾ। ਠੀਕ ਹੈ। ਗੱਬਣ ਤਾਂ ਨਹੀਂ ਹੈਗੀ? ਨਹੀਂ, ਗੱਬਣ ਹੈ ਨਾ, ਆਪਾਂ ਹੀ ਟੀਕਾ ਭਰਾ ਹੈਗਾ, ਹੋ ਗਿਆ 15 ਕੁ ਦਿਨ ਟੀਕਾ ਭਰਾ ਇਹਨੂੰ। ਸੀਮੈਂਟ ਚੰਗਾ ਰੱਖਿਆ? ਹਾਂ, ਸੀਮੈਂਟ ਚੰਗਾ ਰੱਖਿਆ। ਰਿਕਾਰਡ ਵਗੈਰਾ ਪਤਾ ਮਾਂ ਦਾ? ਰਿਕਾਰਡ ਇਹਦਾ ਮਾਂ ਦਾ ਹੈਗਾ 35+ ਦਾ ਜੀ। ਇਹਦੀ ਕੀਮਤ ਕੀ ਆ? ਇਹਦੀ ਕੀਮਤ 40,000 ਜੀ। ਥਣ ਥੁਣ ਚਾਰੇ ਓਕੇ ਆ? ਹਾਂ, ਚਾਰੇ ਓਕੇ ਨੇ ਜੀ। ਸੋ ਥਣ ਵਗੈਰਾ ਦੇਖ ਲਓ, ਚਾਰੇ ਥਣ ਓਕੇ ਆ, ਸਾਫ਼ ਸੁਥਰੇ, 40,000 ਰੁਪਇਆ ਕੀਮਤ ਆ। ਸੋ ਬਰੋ, ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ, ਬਹੁਤ ਸੋਹਣੀ ਖੜੀ ਪਿੱਠ ਦੀ, ਅਤੇ ਕੱਦ ਦੇ ਵਿੱਚ ਆ ਬੱਚੀ। ਇਹ ਨਹੀਂ ਗੱਲ, ਹਾਲੇ 14 ਮਹੀਨੇ ਦਾ ਬੱਚਾ, ਜਿੱਦੇ ਨੂੰ ਇਹਨੇ ਤਿਆਰ ਹੋਣਾ, ਕੁਛ ਦਾ ਕੁਛ ਬਣ ਜਾਣਾ। ਕੱਦ ਬਹੁਤ ਆ, ਕੱਦ ਆ, ਅਤੇ ਜਿੰਦ ਜਾਣਾ, ਬੋਡੀ ਵੇਟ ਆ। 40,000 ਰੁਪਇਆ ਕੀਮਤ ਆ। ਗੁੰਜਾਇਸ਼ ਮੌਕੇ 'ਤੇ ਹੋ ਜੂ, ਮੂੰਹ ਮੱਥਾ ਦੇਖੋ, ਟੋਆ ਵਗੈਰਾ ਚੰਗਾ, ਅਤੇ ਘਰ ਨਿੱਕਾ ਨਿੱਕਾ। ਬਹੁਤ ਸੋਹਣੀ ਜਰਸੀ ਬ੍ਰੀਡ ਦੀ ਬੱਚੀ, ਅਤੇ ਗੱਬਣ ਤਾਂ ਆਪਾਂ ਇਹਨੂੰ ਕਹਿ ਨਹੀਂ ਸਕਦੇ, ਕਿਉਂਕਿ ਸੀਮਨ ਲੱਗਣ ਦਿਨ ਥੋੜ੍ਹੇ ਹੋਏ ਹੈਗੇ, ਉਹ ਆਪਣੀ ਕਿਸਮਤ 'ਤੇ ਡਿਪੈਂਡ ਆ। ਪਰ ਤੁਸੀਂ ਵੇਖ ਸਕਦੇ ਇਹਨੂੰ ਖਾਲੀ ਮੰਨ ਕੇ ਖਰੀਦਦਾਰੀ ਇਹਦੀ ਕਰ ਸਕਦੇ ਹੋ, 40,000 ਇਹਦੇ ਵਿੱਚੋਂ ਗੁੰਜਾਇਸ਼ ਮੌਕੇ 'ਤੇ ਹੋ ਜੂਗੀ। ਅਤੇ ਫਿਰ ਤੀਜੇ ਨੰਬਰ ਜਿਹੜੇ ਆਪਾਂ HF ਦੀ ਬੱਚੀ ਦੇਖੀ ਜਾਂਦੇ ਹਾਂ, ਇਹਦੇ ਥਣ 4 ਹੀ ਆ? ਹਾਂ, ਇਹਦੇ ਵੀ 4 ਹੀ ਆ। ਠੀਕ ਹੈ। ਕਿੰਨੀ ਕੇਜ ਦੱਸੀ ਆਪਾਂ ਨੂੰ ਇਹਦੀ? ਹੈਗੀ ਹੈ ਜੀ ਏਜ 17 ਮਹੀਨੇ ਦੀ। 17 ਮਹੀਨੇ ਤੇ ਮਾਂ ਦਾ ਰਿਕਾਰਡ ਚੰਗਾ ਸੀ? ਮਾਂ ਦਾ ਰਿਕਾਰਡ ਹੈਗਾ ਇਹਦਾ 42 ਕਿਲੋ ਦਾ ਜੀ। ਠੀਕ ਹੈ। ਮੰਨ ਕੇ ਚੱਲੇ ਜਿਹੜਾ ਵੀਰ ਸਾਂਭੂਗਾ 2 ਪੈਸੇ ਦਊ ਅਗਲੇ ਨੂੰ, ਹੈ ਨਾ? ਠੀਕ ਹੈ। ਅਤੇ ਇਹਦੀ ਕੀਮਤ ਕੀ ਰੱਖੀ ਆ? ਇਹਦੀ ਕੀਮਤ ਵੀ 40,000 ਆ ਜੀ। ਇਹ ਲਗਭਗ ਚੈੱਕ 'ਚ ਆਉਣ ਵਾਲੀ ਹੈ, ਇਹਨੂੰ 50 ਦਿਨ ਹੋ ਗਏ ਟੀਕਾ ਭਰਾ ਇਹਨੂੰ। ਠੀਕ ਹੈ। ਜੇ ਚੈੱਕ ਹੁੰਦਾ ਤਾਂ ਵੀ ਕੀਮਤ 40 ਹੋਊਗੀ? ਹਾਂ, ਤਾਂ ਵੀ ਹੋਊਗੀ। ਠੀਕ ਹੈ। ਧੋਰੀ ਭਰਾ ਬਾਰ ਨੂੰ। ਸੋ 40,000 ਰੁਪਇਆ ਕੀਮਤ ਆ। 50 ਦਿਨ ਹੋ ਗਏ ਸੀਮਨ ਲੱਗੇ ਨੂੰ। ਸੀਮਨ ਆਪਣੇ ਕੋਲ ਲੱਗਿਆ ਜਾਂ ਲੱਗਿਆ ਲਵਾਇਆ ਜੀ? ਲੱਗਿਆ ਦਿਨ ਬੰਦੇ ਦੇ ਕਾਪੀ ਦੇ ਨੋਟ ਆਪਣੇ ਕੋਲ? ਹਾਂ ਹਾਂ ਹਾਂ। ਠੀਕ ਹੈ। ਸੋ ਦਿਨ ਵੀਰ ਕੋਲ ਕਾਪੀ ਦੇ ਨੋਟ ਆ, ਚੈੱਕ ਦੇ ਵਿੱਚ ਬੱਚੀ 50 ਦਿਨ ਹੋ ਗਏ ਇਹ ਆਉਂਦੀ ਪਈ ਹੈਗੀ। ਸੋ ਕੱਦ ਕਾਠ ਬਹੁਤ ਆ, ਬੋਡੀ ਵੇਟ ਦੇ ਵਿੱਚ ਆ,
ਅਤੇ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਵਗੈਰਾ ਚੰਗੀ ਸੁਨੱਖੀ ਅਤੇ ਹਜੇ ਬੱਚਾ ਹੀ ਹੈ ਛੋਟੀ ਹੋਈ ਹੈ ਇਹਦੀ ਅਤੇ ਬਣੂ ਬੈਠ ਚੰਗੀ ਪੂਰੀ ਸਾਫ਼ ਸੁਥਰੀ ਖੂਬਸੂਰਤੀ ਬੱਚਾ ਜੇ ਅਗਰ ਕਰਮ ਵਾਲੀ ਗੱਭਰ ਨਿਕਲ ਜਾਏ ਅਤੇ ਮੂਹਰੇ ਅੱਗੇ ਸੋਹਣੀ ਰੁੱਤ ਜਾਊ ਜਾ ਕੇ ਸਰਦਿਆਂ ਸੂ ਜਾ ਕੇ ਸੁੱਕ ਤੇਲ ਦਿਨਾਂ 'ਚ ਅਤੇ ਬਾਈ ਜੀ ਚੌਥੇ ਨੰਬਰ ਆਪਾਂ ਜਿਹੜੀ ਵੱਡੀ ਬੈਠ ਦੇਖੀ ਜਾਂਦੇ ਹਾਂ ਕਿਹੜਾ ਸੂਆ ਸੂਈ ਠੀਕ ਹੈ ਕਿਹੜਾ ਸੂਆ ਸੂਈ ਹੋਈ ਹੁਣ ਇਹ ਪਹਿਲਾ ਸੂਆ ਸੂਈ ਹੋਈ ਹੈਗੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ ਲਗਭਗ 2-3 ਮਹੀਨੇ ਹੋ ਗਏ ਇਹਨੂੰ ਸੀਮਾ ਲਗਵਾਏ ਨੂੰ ਵੀ ਮਹੀਨਾ ਹੋ ਗਿਆ ਠੀਕ ਹੈ ਹਾਂ ਹੁਣ ਇਹ ਥੱਲੇ ਹੋਊਗਾ 14 ਕਿਲੋ ਦੁੱਧ ਤਿਆਰ ਆ ਥੱਲੇ ਤੇ ਕੀਮਤ ਇਹਦੀ ਕੀ ਹੈ ਜੀ ਇਹ ਕੀਮਤ ਹਾਂ ਦੇਣਾ 60,000 ਹੈ ਜੀ ਦੁੱਧ 14 ਲੀਟਰ ਹਾਂ ਦੁੱਧ 14 ਗੱਬਣ ਹੈ ਨਹੀਂ ਜੀ ਗੱਬਣ ਹੈ ਨਹੀਂ ਜੀ ਮਹੀਨਾ ਹੋ ਗਿਆ ਠੀਕ ਹੈ ਤਾਜੀ ਦਾ ਕਿੰਨਾ ਦੁੱਧ ਸੀਗਾ ਜੀ ਇਹ ਤਾਜੀ ਦਾ ਦਿੱਤਾ ਹੋਇਆ ਜੀ ਇਹਨੇ 35 ਕਿਲੋ ਇਸ ਵਕਤ 14 ਨਿਬੜੂਗਾ ਸੁਬਹ ਤੋੜ ਦੀ ਬਾਹਰ ਨੂੰ ਸੋ 14 ਕਿਲੋ ਦੁੱਧ ਇਸ ਵਕਤ ਨਿਬੜੂਗਾ ਕੀਮਤ ਇਹਦੀ ਹੈਗੀ 60,000 ਬੋਡੀ ਸਟਰਕਚਰ ਵਗੈਰਾ ਬਹੁਤ ਚੰਗਾ ਥਣਾ ਜਵਿੱਥੀ ਵਧੀਆ ਹੈਗੀ ਅਤੇ ਗੱਭਣ ਵਾਲੇ ਹੈ ਨਹੀਂ ਕਨਫਰਮ ਸੀਮਣ ਲੱਗਿਆ ਵਾ ਅਤੇ ਦੇਣ ਆਪਾਂ ਜਮਾਂ ਨੋਟ ਦੱਸਾਂਗੇ ਵੀਰੇ ਕਾਪੀ 'ਤੇ ਬੰਦੇ ਨੂੰ ਠੀਕ ਹੈ ਸੋ ਬੈੜ ਪੂਰੀ ਫੁੱਲ ਬਰੀਡ ਦੇ ਵਿੱਚ ਹੈ ਜਿੰਦ ਜਾਨ ਦੇ ਵਿੱਚ ਹੈਗੀ 60,000 ਰੁਪਇਆ ਕੀਮਤ ਆ ਠੀਕ ਹੈ ਸੋ 66 ਸੀਮਣ ਤੋਂ ਗੱਭਣ ਆ ਅਤੇ ਆਪ ਵੀ ਕਿਸੇ ਚੰਗੇ ਜਿੰਦ ਜਾਨ ਵਾਲੇ ਸੀਮਣ ਦੀ ਹੈ ਨਾ ਵੀਰੇ ਸੋ ਬੋਡੀ ਸਟਰਕਚਰ ਬਹੁਤ ਵਧੀਆ ਅਤੇ ਵੀਰੇ ਨੰਬਰ ਬੋਲ ਜੀ ਭਰਾ ਆਪਣਾ ਨੰਬਰ 85-280-60-09 ਜਿਹੜੇ ਆਪਾਂ ਕੀਮਤਾਂ ਕੀਤੇ ਕੋਈ ਵੀਰ ਘਰੇ ਮਾਨਤਨ ਕਰਾਂਗੇ ਮਾਨਤਨ ਕਰਦਾਂਗੇ ਠੀਕ ਹੈ ਸੋ 4 ਨਗ ਤੁਹਾਨੂੰ ਦਿਖਾ ਚੁੱਕੇ ਹਾਂ ਕੋਈ ਵੀ ਨਗ ਤੁਹਾਡੇ ਪਸੰਦ ਹੋਵੇ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਖ ਤੁਸੀਂ ਆਪ ਕਰਨੀ ਹੈ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਕਿਸੇ ਨਵੀਂ ਹੋਰ